ਜਿਹਦੇ ਕੋਲ ਵੀ ਬਹਿਣਾ ਵੀ ਆਪਦੇ ਪੁੱਤਰ ਦੀ ਗੱਲ ਛੇੜ ਲੈਂਦੇ ਸੀ ਵੀ ਵਿਛੋੜਾ ਇੱਕ ਨਹੀਂ ਸਹਿਣ ਨਹੀਂ ਹੋਇਆ ਉਹਨਾਂ ਤੋਂ। ਬਹੁਤ ਉਹਨਾਂ ਵਾਸਤੇ ਔਖਾ, ਚਾਚੇ ਨੇ ਜਿਹੜਾ ਕਦਮ ਚੱਕਿਆ ਪਤਾ ਨਹੀਂ ਜ਼ਿਆਦਾ ਡਿਪਰੈਸ਼ਨ 'ਚ ਚੁੱਕ ਲਿਆ। ਵਿੱਕੀ ਨੂੰ ਗਾਉਂਡਰ ਗਾਉਂਡਰ ਕਹਿ ਕੇ ਬਹੁਤ ਮਸ਼ਹੂਰ ਕਰਤਾ ਇਸ ਦੁਨੀਆ ਨੇ, ਇਸ ਸਮਾਜ ਨੇ, ਪਰ ਜੋ ਉਹ ਸੀ ਉਹਨੂੰ ਦਿਖਾਇਆ ਨਹੀਂ ਗਿਆ ਉਹ ਚੀਜ਼। ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੇ ਪਿਤਾ ਦੀ ਲਾਸ਼ ਰੇਲਵੇ ਟਰੈਕ ਤੇ ਮਿਲੀ ਹੈ। ਵਿੱਕੀ ਗੌਂਡਰ ਦੇ ਚਾਚਾ ਰਾਣਾ ਜਗਦੀਸ਼ ਸਿੰਘ ਨੇ ਦੱਸਿਆ ਕਿ ਮਹਿਲ ਸਿੰਘ ਸੋਮਵਾਰ ਰਾਤੀ ਘਰੋਂ ਬਾਹਰ ਗਏ ਸਨ ਅਤੇ ਘਰ ਵਾਪਸ ਨਾ ਮੁੜਨ ਕਾਰਨ ਉਹਨਾਂ ਦੀ ਭਾਲ ਸ਼ੁਰੂ ਕੀਤੀ ਗਈ, ਪਰ ਕੁਝ ਪਤਾ ਨਾ ਲੱਗਾ। ਫਿਰ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅਨਾਊਂਸਮੈਂਟ ਹੋਈ ਕਿ ਰੇਲਵੇ ਪਟੜੀ ਤੇ ਇੱਕ ਲਾਸ਼ ਮਿਲੀ ਹੈ, ਜਿਸ ਦੀ ਸ਼ਨਾਖਤ ਰਾਣਾ ਜਗਦੀਸ਼ ਸਿੰਘ ਨੇ ਮਹਿਲ ਸਿੰਘ ਵਜੋਂ ਕੀਤੀ। ਉਹਨਾਂ ਨੇ ਦੱਸਿਆ ਕਿ ਵਿੱਕੀ ਗੌਂਡਰ ਦੇ ਮਰਨ ਤੋਂ ਬਾਅਦ ਮਹਿਲ ਸਿੰਘ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੇ ਸਨ। ਬਸ ਕੋਈ ਡਿਪਰੈਸ਼ਨ ਨਹੀਂ ਸੀਗੀ ਜਿਉਂ ਵਿੱਕੀ ਦਾ ਐਨਕਾਊਂਟਰ ਹੋਇਆ, ਉਸ ਤੋਂ ਬਾਅਦ ਇੱਕ ਹੀ ਗੱਲ ਕਹੀ ਜਾਂਦੇ ਸੀ ਵੀ ਮੇਰਾ ਕੀ ਬਣੂੰਗਾ, ਵੀ ਮੈਂ ਕੀ ਕਰੂੰਗਾ। ਬਸ ਜਦੋਂ ਰਾਤ ਨੂੰ ਖਾਣਾ ਖਾਣਾ ਦਾਰੂ ਪੈਗ ਲਾਉਂਦੇ ਸੀਗੇ ਜ਼ਰੂਰ, ਵੀ ਦਾਰੂ ਪੀ ਕੇ ਬੇਟਾ ਮੈਂ ਤਾਂ ਖਾ ਲਈ ਰੋਟੀ, ਵੀ ਤੂੰ ਖਾਧੀ ਹੈ ਕਿ ਨਹੀਂ ਖਾਧੀ, ਇਹੋ ਜਿਹੀਆਂ ਗੱਲਾਂ ਕਰੀ ਜਾਣੀਆਂ। ਉਹ ਮੈਡਲਾਂ ਨੂੰ ਦੇਖ ਦੇਖ ਕੇ, ਪੁੱਤ ਤੂੰ ਕਾਹਦੇ ਲਈ ਕਮਾਏ ਆ, ਤੂੰਨੇ ਮੈਂ ਤੈਨੂੰ ਜਲੰਧਰ ਨਾ ਭੇਜਦਾ, ਵੀ ਇੱਥੇ ਹੀ ਆਪਾਂ ਜਿਵੇਂ ਤੂੰ ਪੜ੍ਹਦਾ ਸੀ ਵਧੀਆ ਸੀ, ਨਾ ਨੌਕਰੀ ਕਰਦਾ, ਵੀ ਤੂੰ ਮੇਰੇ ਨਾਲ ਖੇਤੀ ਇਹਦੇ ਤੋਂ ਤਾਂ ਕਰਾ ਲੈਂਦਾ, ਉਹ ਵੀ ਬੈਸਟ ਸੀਗਾ। ਵਿੱਕੀ ਗੌਂਡਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਵਾਂ ਬੋਦਲਾਂ ਦਾ ਰਹਿਣ ਵਾਲਾ ਸੀ। ਵਿੱਕੀ ਗੌਂਡਰ ਆਪਣੀਆਂ ਦੋ ਭੈਣਾਂ ਦਾ ਇੱਕ ਭਰਾ ਸੀ। ਵਿੱਕੀ ਦੇ ਨਾਲ ਪੜ੍ਹਾਈ ਕਰਨ ਵਾਲੇ ਗੁਰਵਿੰਦਰ ਸਿੰਘ ਕਹਿੰਦੇ ਹਨ ਕਿ ਵਿੱਕੀ ਨੈਸ਼ਨਲ ਪੱਧਰ ਦਾ ਐਥਲੀਟ ਸੀ ਅਤੇ ਉਹਨਾਂ ਦੇ ਪਿਤਾ ਇਸੇ ਗੱਲ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਸਨ ਕਿ ਉਹਨਾਂ ਦਾ ਪੁੱਤਰ ਕਿਹੜੇ ਰਾਹ ਤੁਰ ਪਿਆ ਸੀ। ਚਲੋ ਜਵਾਨ ਪੁੱਤ ਮਰਿਆ ਜੀ, ਡਿਪਰੈਸ਼ਨ 'ਚ ਤਾਂ ਬੰਦਾ ਆਉਂਦਾ ਹੀ ਹੈ ਜੀ, ਸੀਗੇ ਵੀ ਉਹ ਸੋਚਦੇ ਰਹਿੰਦੇ ਸੀਗੇ ਵੀ ਹਾਂ ਆਹ ਗੱਲ ਆ, ਡਿਪਰੈਸ਼ਨ ਤਾਂ ਹੈ ਹੀ ਸੀਗਾ ਜੀ। ਇਹ ਮਹਿਲ ਸਿੰਘ ਭੁੱਲਰ ਫਾਦਰ ਸਾਹਿਬ ਨੂੰ ਮਾਣ ਸੀਗਾ ਜੀ ਕਿ ਮੇਰਾ ਪੁੱਤ ਵੱਡਾ ਹੋ ਕੇ ਚੰਗਾ ਖਿਡਾਰੀ ਬਣੂਗਾ, ਬਣਿਆ ਵੀ, ਇਹ ਨਹੀਂ ਵੀ ਨਹੀਂ ਬਣਿਆ, ਗੋਲਡ ਮੈਡਲ ਸੀਗਾ ਨੈਸ਼ਨਲ ਲੈਵਲ 'ਤੇ, ਬਣਿਆ ਵੀ ਜੀ। ਤਾਇਆ ਜੀ ਵੀ ਸਾਡੇ ਵੀ ਬਹੁਤ ਵਧੀਆ ਸੀਗੇ, ਪਰਿਵਾਰ ਦੇ ਵਿੱਚ ਵੀ ਜਾਂ ਲਓ ਪਿੰਡ ਦੇ ਵਿੱਚ ਵਿਚਰਨ ਦਾ ਸੁਭਾਅ ਬਹੁਤ ਮਿੱਠਾ, ਹਰ ਇੱਕ ਨੂੰ ਹੱਸ ਕੇ ਬੁਲਾਉਣਾ, ਕੋਈ ਇਹੋ ਜਿਹੀ ਗੱਲਬਾਤ ਨਹੀਂ ਸੀ ਇਹਨਾਂ ਦੇ ਵਿੱਚ। ਇਹ ਤਾਂ ਬਸ ਇੱਕ ਵੀ ਨੌਜਵਾਨ ਬੱਚੇ ਦੇ ਜਾਣ ਕਰਕੇ ਲਾ ਲਓ ਵੀ ਇੱਕ ਹੁੰਦਾ ਹੀ ਆ ਵੀ ਬੰਦਾ ਇਕੱਲਾ ਰਹਿ ਜਾਣਾ, ਤਾਂ ਉਹ ਬਸ ਉਸੇ ਨੂੰ ਦਿਲ ਦੇ ਉੱਤੇ ਲਾਈ ਹੋਇਆ ਸੀਗਾ ਵੀ ਇੱਕ ਵੀ ਵਾਰ ਵਾਰ ਕਿ ਜਿਹਦੇ ਕੋਲ ਵੀ ਬਹਿਣਾ ਵੀ ਆਪਦੇ ਪੁੱਤਰ ਦੀ ਗੱਲ ਛੇੜ ਲੈਂਦੇ ਸੀ ਵੀ ਵਿਛੋੜਾ ਇੱਕ ਨਹੀਂ ਸਹਿਣ ਨਹੀਂ ਹੋਇਆ ਉਹਨਾਂ ਤੋਂ। ਪੁਲਿਸ ਮੁਤਾਬਕ ਉਹਨਾਂ ਨੂੰ ਲਾਸ਼ ਬਾਰੇ ਜਾਣਕਾਰੀ ਸਟੇਸ਼ਨ ਮਾਸਟਰ ਕੋਲੋਂ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਬਰਾਮਦ ਕੀਤੀ। 7 ਤਰੀਕ ਨੂੰ ਸ਼ਾਮ ਨੂੰ ਰਾਤ ਦੇ 2 ਵਜੇ ਸਾਨੂੰ ਜਿਹੜੇ ਰੇਲਵੇ ਸਟੇਸ਼ਨ ਮਾਸਟਰ ਪੱਕੀ ਨੇ ਸਲਾਹ ਦਿੱਤੀ ਹੈ ਕਿ ਕੋਈ ਡੈੱਡ ਬਾਡੀ ਟਰੈਕ 'ਤੇ ਆਈ ਹੈ। ਅਸੀਂ ਮੌਕੇ 'ਤੇ ਪੁਲਿਸ ਪਾਰਟੀ ਪਹੁੰਚ ਕੇ ਸਾਰੀ ਵੈਰੀਫਾਈ ਕਰਕੇ ਲਾਸ਼ ਨੂੰ ਲਿਆ ਕੇ 72 ਘੰਟਿਆਂ ਵਾਸਤੇ ਸਿਵਲ ਹੋਸਪਿਟਲ ਮਲੋੜ ਰੱਖਤਾ ਸੀਗਾ ਜੀ। ਉਸ ਤੋਂ ਬਾਅਦ ਇਹਦੀ ਜਿਹੜੀ ਕਰਦੀ ਸ਼ਨਾਖਤ ਬਾਅਦ ਇਹਦੇ ਭਰਾਵਾਂ ਨੇ ਆ ਕੇ, ਇਹਦੇ ਦੋ ਭਰਾ ਨੇ ਜਗਦੀਸ਼ ਸਿੰਘ, ਬਖਸ਼ੀਸ਼ ਸਿੰਘ, ਉਹਨਾਂ ਨੇ ਆਪਦੇ ਭਰਾ ਜਿਹੜਾ ਮ੍ਰਿਤਕ ਮਹਿਲ ਸਿੰਘ ਦੀ ਸ਼ਨਾਖਤ ਕੀਤੀ। 26 ਜਨਵਰੀ 2018 ਨੂੰ ਵਿੱਕੀ ਗੌਂਡਰ ਇੱਕ ਪੁਲਿਸ ਐਨਕਾਊਂਟਰ ਵਿੱਚ ਮਾਰਿਆ ਗਿਆ ਸੀ। ਦਰਅਸਲ 27 ਨਵੰਬਰ 2016 ਨੂੰ ਵਿੱਕੀ ਗੌਂਡਰ ਆਪਣੇ ਸਾਥੀਆਂ ਸਣੇ ਹਾਈ ਪ੍ਰੋਫਾਈਲ ਨਾਭਾ ਜੇਲ੍ਹ ਤੋੜ ਕੇ ਭੱਜਿਆ ਸੀ, ਜਿਸ ਤੋਂ ਬਾਅਦ ਪੁਲਿਸ ਉਸਦੀ ਲਗਾਤਾਰ ਭਾਲ ਕਰ ਰਹੀ ਸੀ।